اعوذ باللہ من الشیطان الرجیم بسم اللہ الرحمن الرحیم ناظرین عمر راجہ ایک دفعہ پھر تساں دی خدمت وچ حاضر ہے ساڈے راجہ ارشد اور ساڈے نال ہے جنہ کی تساں پہلے وی کئی پروگرام اتے کی چکے ہو تے اج ایک انوکھی جی چیز جنہ کول پچھساں تے اساں کی ایک تاریخی گل سناسن تے میں سب توں پہلے اساں یہ سوال پہلے پوچھ چکے ہاں لیکن اس پروگرام دے حوالے نال میں راجہ ارشد صاحب توں کولے پچھساں کہ تساں سپین کدوں گئے ہو जिस तरह अजकल यानी मोटरवे बड़ा यानी सिस्टम बन गया उस टाइम स्पेन जेड़ा सी तकरीबन साडे मुल्क पाकिस्तान दे बराबर सी साडे पाकिस्तान दी उस टाइम विच सन 1975-76-77 तक जिहड़ा उह साडे मुल्क दी एंट्री रही है स्पेन दी सिर्फ टिकट लैणा और तुसां स्पेन आ जाणा मैं 1976 विच तूं टिकट लिया जनाब रिटर्न टिकट लैणा पैणा सी टिकट लै के ते इत्थे पहुंच के टिकट वापस कीता जांदा सी ते उहदे पैसे अद्ध जिहड़े अद्धे पैसे सन उत्थे वापस मिल जांदे सन यानी टोटल मैं 7000 रुपए का टिकट लिया और इत्थे पहुंच के जिस टाइम पाकिस्तान वापस टिकट भेजा तो 3400 रुपया जरा पाकिस्तान सानू टिकट का मिल गया यानी 3600 रुपए विच मैं सन 1976 विच स्पेन आया ऐतको नाजरीन ये उस दौर की गल है जिसलै स्पेन पाकिस्तानियों की एंट्री फ्री वीजा लभी जाना सी ते असल अज जरा इंटरव्यू करना या वीडियो बनाने ने जड़े मकसद सी ओए सी के ए सुनने चाहे कि अलामा इकबाल रहमतुल्लाह अलैह मस्जिद करतबा विच सरकारी इजाजत घड़ी के नमाज पढ़ी सी ते उसने उस बाद तुसा स्पेन विच नमाज ईद पढ़ी मस्जिद करतबा विच स्पेन दी हुकूमत कोल इजाजत घड़ी है जी जी बिल्कुल उस बारे को थोड़ा जिहा दसो नाजरीन बड़ी एक इंटरेस्टिंग गल है ओ सुनाओ जी कि किस तरह इजाजत मिली ते किस हदसों ते नमाज पढ़ी ਉਹ ਜਨਾਬ ਇਜਾਜ਼ਤ ਸਾਨੂੰ ਮਿਲੀ ਇਸ ਤਰ੍ਹਾਂ ਕਿ ਸਾਡੇ ਕੋਈ ਉੱਥੇ ਇੱਕ ਨਾ ਬਜ਼ੁਰਗ ਸਨ ਰਾਜਾ ਅਬੀਬ ਸਰਾਏ ਆਲਮਗੀਰ ਵਾਲੀ ਪਟੜੀ ਦੇ ਨਾ ਨਾਲ ਪਿੰਡ ਆਉਂਦਾ ਪੁਰਾਣ ਅੱਛਾ ਜੀ ਉਹ ਪੁਰਾਣ ਪਿੰਡ ਆਉਂਦਾ ਜੀ ਤਾਂ ਉੱਥੇ ਦੇ ਉਹ ਰਿਹਾਇਸ਼ੀ ਸਨ ਤਾਂ ਬੜੇ ਪੜ੍ਹੇ ਲਿਖੇ ਤੇ ਬੜੇ ਉਸ ਦੌਰ ਦੇ ਯਾਨੀ ਅਸੀਂ ਤੇ ਯੰਗ ਸੀ ਉਸ ਵੇਲੇ ਇਤਨੀ ਸਾਡੀ ਉਹ ਏਜ ਨਹੀਂ ਸੀ ਲੇਕਿਨ ਬੜੇ ਸਮਝਦਾਰ ਤੇ ਬੜੇ ਉਹ ਅਕਲਮੰਦ ਬੰਦੇ ਸਨ ਉਸ ਦੌਰ ਵਿੱਚ ਉਹਨਾਂ ਸਾਨੂੰ ਆਖਿਆ ਵੀ ਯਾਰ ਇਸ ਤਰ੍ਹਾਂ ਅਗਰ ਇਜਾਜ਼ਤ ਲਈਏ ਤਾਂ ਸਾਨੂੰ ਮਸਜਿਦ ਵਿੱਚ ਜਿਹੜਾ ਉਹ ਨਮਾਜ਼ ਪੜ੍ਹਨੇ ਨਹੀਂ ਸਾਨੂੰ ਇਜਾਜ਼ਤ ਯਾਨੀ ਮਿਲਣੀ ਚਾਹੀਦੀ ਠੀਕ ਅਸਾਂ ਕਿਹਾ ਠੀਕ ਹੈ ਅਸੀਂ ਚਾਰ ਲੜਕੇ ਸੀ ਇੱਕ ਜਨਾਬ ਪਰਵੇਜ਼ ਇਕਬਾਲ ਆਦਿ ਇਹ ਵੀ ਜਨਾਬ ਪੁਰਾਣ ਪਿੰਡ ਦੇ ਰਹਿਣ ਵਾਲਾ ਠੀਕ ਇੱਕ ਜਨਾਬ ਜਿਹੜਾ ਸੀ ਉਹ ਜਮੀਲ ਸੰਧੂ ਅਫਜ਼ਾਬਾਦ ਵਾਲਾ ਇਹ ਜਨਾਬ ਦੋ ਹੋ ਗਏ ਤੀਜਾ ਇੱਕ ਅਮਜਦ ਨਾਂ ਹੈ ਉਸਦਾ ਰੀਕੇ ਰੀਕੇ ਵੈਸੇ ਸਪੈਨਿਸ਼ ਵਿੱਚ ਅਸੀਂ ਆਖਦੇ ਹਾਂ ਉਸਨੂੰ ਲੇਕਿਨ ਅਮਜਦ ਨਾਂ ਆਦਿ ਉਹ ਠੀਕ ਹੈ ਇੱਥੇ ਲਿਨਾਰਸ ਵਿੱਚ ਉਹ ਅੱਛਾ ਉਸ ਸ਼ਹਿਰ ਸਪੈਨ ਵਿੱਚ ਦਾ ਪਿੰਡ ਹੈ ਲਿਨਾਰਸ ਉਹਦੇ ਵਿੱਚ ਉਹ ਆਪਣੀਆਂ ਦੁਕਾਨਾਂ ਸ਼ਾਨਾਂ ਦਾ ਕੰਮ ਕਰਦੇ ਯਾਨੀ ਅਸੀਂ ਚਾਰ ਲੜਕੇ ਜਿਹੜੇ ਯੰਗ ਸੀ ਸਾਨੂੰ ਰਾਜੇ ਹੋਰਾਂ ਸਾਰਾ ਕੁਝ ਜਿਹੜਾ ਰਾਜਾ ਬੀਬ ਹੋਰਾਂ ਸਾਨੂੰ ਟੋਰਿਆ ਸਾਰਾ ਕੁਝ ਕਰਨ ਵਾਲੇ ਉਹ ਇਸ ਅਸੀਂ ਸਿਰਫ ਗੱਡੀਆਂ ਤੇ ਯੰਗ ਸੀ ਚਲੇ ਜਾਣਾ ਲੈ ਆਉਣੀਆਂ ਜਿਹੜੀ ਗੱਲ ਉਹਨਾਂ ਦੱਸਣੀ ਅਸਾਂ ਉਸ ਤੇ ਅਮਲ ਕਰਨਾ ਦੌੜ ਭੱਜ ਕਰਨੀ ਦੌੜ ਭੱਜ ਕਰਨੀ ਸਾਡੇ ਪਿੰਡ ਵਿੱਚ ਜਿਹੜਾ ਉਹ ਜਿਹੜਾ ਯੂਨੀਅਨ ਕੌਂਸਲ ਨਾਲ ਜਿਹੜਾ ਉਹ ਛੋਟਾ ਅਲੀਕਾਲ ਦੇ ਆਖਦੇ ਨੇ ਉਸਨੂੰ ਉਸ ਉਹਦੇ ਨਾਲ ਅਸਾਂ ਮੁਲਾਕਾਤ ਕੀਤੀ ਰਾਜੇ ਹੋਰਾਂ ਨੇ ਕਹਿਣ ਦੇ ਬਈ ਇਸ ਤਰ੍ਹਾਂ ਯਾਰ ਅਸਾਂ ਸਾਨੂੰ ਇਜਾਜ਼ਤ ਲੈ ਦਿਓ ਉਹਨਾਂ ਆਖਿਆ ਯਾਰ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਇਹ ਤਾਂ ਵੱਡੇ ਅੱਪਰ ਜਾਸੋ ਤਾਂ ਉੱਥੋਂ ਤੁਹਾਨੂੰ ਇਜਾਜ਼ਤ ਮਿਲ ਸੀ ਮੈਂ ਤੇ ਇਹ ਤੁਹਾਨੂੰ ਮਿਲਾ ਸਕਦਾ ਮੁਖਤਸਰ ਗੱਲ ਇਹ ਹੈ ਕਿ ਆਖਰ ਅਸਾਂ ਜਿਹੜਾ ਸੂਬਾ ਅੰਦਲੂਸੀਆ ਅੰਦਲਸ ਦਾ ਸੂਬਾ ਜਿਹੜਾ ਉਸ ਦੇ ਵਿੱਚ ਇਹ ਮਸਜਿਦ ਕਰਤਬਾ ਵੀ ਉਹਦੇ ਵਿੱਚ ਹੈ ਔਰ ਮਸਜਿਦ ਆਪਣਾ ਗਰਨਾਤਾ ਜਿਹੜਾ ਬਹੁਤ ਮਸ਼ਹੂਰ ਹੈ ਸਾਡੇ ਯਾਨੀ ਇਹ ਦੋਵੇਂ ਜਿਹੜੀਆਂ ਜਗ੍ਹਾ ਨੇ ਸ਼ਹਿਰ ਕੁਰਤਬਾ ਸ਼ਹਿਰ ਵੀ ਔਰ ਗਰਨਾਤਾ ਸ਼ਹਿਰ ਵੀ ਇਹ ਦੋਵੇਂ ਸੂਬਾ ਉਂਦਲਸ ਵਿੱਚ ਹੈ ਅੱਛਾ ਠੀਕ ਇਹ ਸੂਬਾ ਉਂਦਲਸ ਜਿਹੜਾ ਇਸ ਦਾ ਜਿਹੜਾ ਵਜ਼ੀਰ ਆਲਾ ਸੀ ਮਨੋਇਲ ਚਾਵੇ ਉਸ ਨੂੰ ਅਸੀਂ ਮਿਲੇ ਹਾਂ ਜੀ ਤੇ ਉਹਨੂੰ ਜਾ ਕੇ ਪਹਿਲੇ ਤਾਂ ਅਸੀਂ ਜਿਹੜਾ ਵੱਡਾ ਉਹ ਚੇਅਰਮੈਨ ਸੀ ਉਹਨੂੰ ਮਿਲੇ ਫਿਰ ਯਾਨੀ ਇਹ ਲੰਮੀ ਸਟੋਰੀ ਹੋ ਜਾਸੀ ਉਹਨਾਂ ਨੂੰ ਜਨਾਬ ਅਸੀਂ ਮਿਲੇ ਚਾਵੇ ਨੂੰ ਉਹਨਾਂ ਕਿਹਾ ਕਿ ਠੀਕ ਹੈ ਮੈਂ ਤੁਹਾਨੂੰ ਮਲਾਸਾਂ ਵਜ਼ੀਰ ਆਜ਼ਮ ਸਾਹਿਬ ਨੂੰ
ਵਜ਼ੀਰ ਆਜ਼ਮ ਜੀ ਆ ਫਲੀਪੇ ਗੁਨਸਾਲੇ ਨੂੰ ਅਸੀਂ ਜਨਾਬ ਫਲੀਪੇ ਗੁਨਸਾਲੇ ਨੂੰ ਮਿਲੇ ਠੀਕ ਉਹਨਾਂ ਵਜ਼ੀਰ ਆਲਾ ਦੇ ਆਖੇ ਤੇ ਉਹਨਾਂ ਕਿਹਾ ਕਿ ਠੀਕ ਹੈ ਅਸੀਂ ਤੁਹਾਨੂੰ ਕੋਸ਼ਿਸ਼ ਕਰਦੇ ਹਾਂ ਵੀ ਤੁਹਾਨੂੰ ਇਜਾਜ਼ਤ ਮਿਲ ਜਾਏ ਮਹਾਰਾਜ ਜੀ ਉਹਨੇ ਆਪਣਾ ਜਿਹੜਾ ਕੁਛ ਸਿਸਟਮ ਸਕੋਟੀ ਛੋਟੀ ਜੇ ਵੋ ਉਹਨਾਂ ਕਰਨਾ ਹੁੰਦਾ ਸਾਨੂੰ ਤੇ ਇਤਨੀ ਸਮਝ ਕੋਈ ਨਹੀਂ ਸੀ ਉਹਨਾਂ ਕਰਕੇ ਤੂੰ ਨੇ ਆਖਿਆ ਕਿ ਆਖਰੀ ਸੈਨ ਜਿਹੜਾ ਬਾਦਸ਼ਾਹ ਸਾਡਾ ਉਹ ਸੈਨ ਕਰਸੀ ਤਾਂ ਫਿਰ ਤੁਹਾਨੂੰ ਕਿਉਂਕਿ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਆਉਂਦੀਆਂ ਨਾ ਇਹਨਾਂ ਮੁਲਕਾਂ ਵਿੱਚ ਸਕਾਫਤ ਦੀਆਂ ਜਿਹੜੀਆਂ ਚੀਜ਼ਾਂ ਨਾ ਇਹ ਜਿਹੜੀਆਂ ਨੇ ਜਿਹੜਾ ਬਾਦਸ਼ਾਹ ਹੋਣਾ ਇਹ ਉਸ ਕੋਲ ਆਉਂਦੀਆਂ ਉਹਨੇ ਸੈਨ ਮਾਰਨੇ ਹੁੰਦੇ ਕਿ ਇਸ ਨੂੰ ਠੀਕ ਕਰਾਓ ਇਹਨੂੰ ਇਹ ਕਰੋ ਉਹਨੂੰ ਉਹ ਕਰੋ ਉਹਦਾ ਉਹ ਬਾਦਸ਼ਾਹ ਕੋਲ ਹੋ ਗਿਆ ਠੀਕ ਹੋ ਗਿਆ ਆਖਰੀ ਯਾਨੀ ਸਾਨੂੰ ਇਜਾਜ਼ਤ ਜਿਹੜੀ ਸੀ ਉਹ ਉੱਥੋਂ ਮਿਲਣੀ ਸੀ ਬਹਰਹਾਲ ਅਸੀਂ ਫਿਰ ਉੱਥੇ ਗਏ ਜਨਾਬ ਬਾਦਸ਼ਾਹ ਸਾਹਿਬ ਕੋਲ ਉਹ ਸ਼ਹਿਨਸ਼ਾਹ ਨੇ ਉੱਥੇ ਨੇ ਜਿਹੜੇ ਸਪੈਨ ਨੇ ਤੇ ਉਹਨਾਂ ਅਸੀਂ ਗੇਟ ਤੇ ਗਏ ਚਾਰੇ ਲੜਕੇ ਉਹਨਾਂ ਜਨਾਬ ਸਾਨੂੰ ਜਿਹੜੀ ਸਕੋਟੀ ਛੋਟੀ ਸੀ ਉਹਨਾਂ ਆਖਿਆ ਠੀਕ ਹੈ ਤੁਹਾਡਾ ਅੱਗੇ ਇਤਲਾਹ ਆਈ ਆ ਉਹ ਇੱਥੇ ਬੈਠੋ ਉੱਥੇ ਬੈਠੋ ਅੱਗੇ ਪਿੱਛੇ ਬਿਠਾ ਕੇ ਤੇ ਸਾਨੂੰ ਉਹਨਾਂ ਜਨਾਬ ਉਹ ਸਾਡੀ ਉਹ ਫੈਲ ਜੀ ਲੈ ਗਏ ਤੇ ਅੰਦਰੋਂ ਸਾਨੂੰ ਉਹ ਸੈਨ ਕਰਾ ਕੇ ਲੈ ਆਉਂਦੇ ਤੇ ਉਹਨਾਂ ਆਖਿਆ ਜੀ ਤੁਹਾਨੂੰ ਇਜਾਜ਼ਤ ਹੈ ਕਿ ਮਸਜਿਦ ਕੁਰਤਬਾ ਵਿੱਚ ਤੁਸੀਂ ਈਦ ਦੀ ਨਮਾਜ਼ ਯਾਨੀ ਅਸੀਂ ਬੰਦੇ ਆ ਕੁਰਬਾਨੀ ਵਾਲੀ ਈਦ ਉਸ ਦੀ ਇਜਾਜ਼ਤ ਸਾਨੂੰ 1977 ਦੇ ਵਿੱਚ ਮਸਜਿਦ ਕੁਰਤਬਾ ਦੀ ਸਾਨੂੰ ਇਜਾਜ਼ਤ ਮਿਲੀ ਮਾਸ਼ਾਅੱਲਾ ਤੇ ਇਹ ਫਿਰ ਨਮਾਜ਼ ਪੜ੍ਹਨੇ ਵਾਸਤੇ ਸਿਰਫ ਸਪੇਨ ਦੇ ਲੋਕਾਂ ਨਮਾਜ਼ ਪੜ੍ਹੀ ਜਾਂ ਕੁਥੋਂ ਲੋਕ ਆਏ ਨਮਾਜ਼ ਪੜ੍ਹਨੇ ਵਾਸਤੇ ਉਹ ਜਨਾਬ ਜਿਹੜੀ ਨਮਾਜ਼ ਉਸ ਟਾਈਮ ਤਕਰੀਬਨ ਸਪੇਨ ਟੋਟਲ ਸਪੇਨ ਵਿੱਚ ਅਸੀਂ ਕੋਈ 800-900 ਬੰਦਾ ਸੀ 800 850 ਟੋਟਲ ਇਸ ਤੋਂ ਜ਼ਿਆਦਾ ਸਪੇਨ ਵਿੱਚ 74-75-76 ਵਿੱਚ ਬੰਦੇ ਇਸ ਤੋਂ ਜ਼ਿਆਦਾ ਕੋਈ ਨਹੀਂ ਸੀ ਜੀ ਹਾਂ ਕੁਝ ਤਾਂ ਜਨਾਬ ਅਸੀਂ ਇਕੱਠੇ ਹੋ ਗਏ ਜਿਹੜੇ ਆਪਣੇ ਸਾਡੇ ਜਿਹੜੇ ਦੋ ਸ਼ਹਿਰ ਸਨ ਇੱਕ ਲਿਨਾਰਸ ਸ਼ਹਿਰ ਸੀ ਇੱਕ ਨਾਲ ਕੈਰੋਲੀਨਾ ਸ਼ਹਿਰ ਸੀ ਇਸੇ ਤਰ੍ਹਾਂ ਇੱਕ ਦੋ ਹੋਰ ਸ਼ਹਿਰ ਸਨ ਜਿੱਥੇ ਜ਼ਿਆਦਾਤਰ ਪਾਕਿਸਤਾਨੀਆਂ ਦੀ ਮੈਜੋਰਟੀ ਸੀ ਬਾਰਸਲੋਨੇ ਤੋਂ ਇਲਾਵਾ ਬਾਰਸਲੋਨੇ ਵਿੱਚ ਜਿਹੜਾ ਉਹ ਬਹੁਤ ਜ਼ਿਆਦਾ ਮੈਜੋਰਟੀ ਸੀ ਸਪੇਨ ਵਿੱਚ ਬਾਰਸਲੋਨੇ ਵਿੱਚ 450 ਬੰਦਾ ਉਸ ਟਾਈਮ ਰਹਿੰਦਾ ਸੀ ਤੇ ਜਿਹੜੇ ਅਸੀਂ ਬਾਹਰ ਪਿੰਡਾਂ ਵਿੱਚ ਸਾਂ ਉਹ ਇੱਕ ਪਿੰਡ ਵਿੱਚ ਅਸੀਂ 200 ਸੀ ਦੂਸਰੇ ਪਿੰਡ ਵਿੱਚ ਮੇਰੇ ਖਿਆਲ ਕੋਈ 150 200 ਬਸ ਇਤਨਾ ਹੀ ਅਸੀਂ ਜ਼ਿਆਦਾ ਕਾਨਾ ਵਿੱਚ ਅਸੀਂ ਕੰਮ ਕਰਦੇ ਸੀ ਠੀਕ ਵੈਸੇ ਤਾਂ ਸਾਨੂੰ ਸਪੇਨ ਵਿੱਚ ਕੰਮ ਤਾਂ ਹੋਰ ਤਾਂ ਨਾ ਕੋਈ ਫੈਕਟਰੀ ਸੀ ਤੇ ਨਾ ਸਾਨੂੰ ਕੰਮ ਮਿਲਦਾ ਸੀ ਕਾਨਾ ਵਿੱਚ ਹੁਣ ਗੱਲ ਹਾਸੇ ਵਾਲੀ ਆ ਗਈ ਆ ਪਿੱਛੋਂ ਅਸੀਂ ਆਏ ਭੁੱਖ ਦੇ ਕੁੱਤੇ ਆਏ ਅਸਾਂ ਕਾਨਾ ਵਿੱਚ ਸਿਰ ਦੇ ਛੱਡੇ ਅਗਲੀ ਗੱਲ ਤਾਂ ਸਾਨੂੰ ਪਤਾ ਹੀ ਕੋਈ ਨਹੀਂ ਸੀ ਬਾਈ ਇਹ ਕਾਨਾ ਦਾ ਕੀ ਹੁੰਦਾ ਬਈ ਇਹ ਬੰਦੇ ਇੱਥੇ ਮਰ ਜਾਂਦੇ ਨਾ ਜਾਂ ਇੱਥੇ ਬੰਦੇ ਕਾਲ ਬਹਿ ਜਾਂਦੀ ਹੈ ਜਾਂ ਉੱਠ ਜਾ ਇਹਨਾਂ ਚੀਜ਼ਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ ਅਸੀਂ ਤੇ ਆਏ ਤੇ ਜਨਾਬ ਨੌਵੇਂ ਚ ਮਾੜ ਕੇ ਬਾ ਠੀਕ ਆ ਜੀ ਕੋਲਾ ਵੀ ਕੱਢੀ ਆ ਤੇ ਉਹ ਜਿਹੜਾ ਜਿੱਥੇ ਮੈਂ ਜਿਸ ਕਾਨ ਚ ਕੰਮ ਕਰਦਾ ਸੀ ਉਹ ਲੋਹੇ ਦੀ ਕਾਨ ਸੀ ਪਲੋਮੋ ਆਖਦੇ ਉਸਨੂੰ ਉਹ ਲੋਹੇ ਦੀ ਕਾਨ ਸੀ ਤੇ ਉਹਦੇ ਵਿੱਚ ਮੈਂ ਕੰਮ ਕਰਦਾ ਸੀ ਸਾਡੇ ਉਸ ਸ਼ਹਿਰ ਲਿਨਾਰਸ ਸ਼ਹਿਰ ਵਿੱਚ ਅਸੀਂ ਤਕਰੀਬਨ 150-100 ਬੰਦਾ 200 ਐ ਸੀ ਇਹ ਸਾਰੇ ਬੰਦੇ ਕੁਝ ਬੰਦੇ ਇੰਗਲੈਂਡ ਤੋਂ ਗਏ ਜਿਹੜੇ ਅਮੀਰ ਬੰਦੇ ਸਨ ਉਹ ਬੰਦੇ ਇੱਥੋਂ ਇੰਗਲੈਂਡ ਤੋਂ ਜਨਾਬ ਉਹ ਗਏ ਉਸ ਟਾਈਮ ਜੀ ਨਮਾਜ਼ ਪੜ੍ਹਨੇ ਵਾਸਤੇ ਅਮੀਰ ਬੰਦੇ ਕੁਝ ਫਰਾਂਸ ਤੋਂ ਆ ਗਏ ਕੋਈ ਸਤਰਾ ਕੋਈ ਤੁਰਕੀ ਤੋਂ ਆਏ ਕੋਈ ਮਰਾਕਸ ਤੋਂ ਜ਼ਿਆਦਾ ਬੰਦੇ ਆਏ ਸਨ ਤਕਰੀਬਨ 100 ਇੱਕ ਬੰਦਾ ਜਿਹੜਾ ਸੀ ਨਾ ਮਰਾਕਸ ਤੋਂ ਆਇਆ ਉਹ ਮਰਾਕਸ ਤੋਂ ਆਇਆ ਸੀ ਬੜੀ ਤਾਰੀਖੀ ਗੱਲ ਸੀ ਨਾ ਜੀ ਛੋਟੀ ਜਿਹੀ ਗੱਲ ਤਾਂ ਨਹੀਂ ਸੀ ਛੋਟੀ ਜਿਹੀ ਗੱਲ ਸੀ ਲੇਕਿਨ ਅਮੀਰ ਬੰਦੇ ਆਏ ਗਰੀਬ ਬੰਦੇ ਨੇ ਕੀ ਤਰ੍ਹਾਂ ਉਸ ਵੇਲੇ ਪੈਸਾ ਹੀ ਨਹੀਂ ਸੀ ਠੀਕ ਜੀ ਹਾਂ ਤੇ ਤਕਰੀਬਨ ਅਸੀਂ 600-100 ਬੰਦਾ ਜਿਹੜੇ ਆ ਨਾ ਮਾਸ਼ਾਅੱਲਾ ਉਹ ਜਨਾਬ ਮਸਜਿਦ ਕੁਰਤਬਾ ਦੇ ਵਿੱਚ ਜਾ ਕੇ ਤੇ ਅਸੀਂ ਨਮਾਜ਼ ਪੜ੍ਹੀ ਜਨਾਬ ਤੇ ਸਾਨੂੰ ਜ਼ਿਆਦਾ ਮੈਜੋਰਟੀ ਜਿਹੜੀ ਸੀ ਉਹ ਪੁਰਾਣ ਪਿੰਡ ਵਾਲਿਆਂ ਦੀ ਸੀ ਸਪੇਨ ਵਿੱਚ ਬਾਕੀ ਜਿਹੜੇ ਫਿਰ ਕੋਈ ਲੰਡਨ ਤੋਂ ਗਏ ਕੋਈ ਇਟਲੀ ਤੋਂ ਗਏ ਕੋਈ ਮਰਾਕਸ਼ ਤੋਂ ਗਏ ਪੁਰਾਣ ਪਿੰਡ ਵਾਲੇ ਹੋ ਅੱਜ ਵੀ ਤੁਹਾਡਾ ਜ਼ਿਕਰ ਹੋਇਆ ਤੇ ਫਿਰ ਤੁਹਾਡਾ ਨੰਬਰ ਹੈ ਜੀ ਉਸ ਤਾਰੀਖੀ ਨਮਾਜ਼ ਵਿੱਚ ਤੇ ਰਾਏ ਸਾਹਿਬ ਹੁਣ ਇਹ ਦੱਸੋ ਕਿ ਫਿਰ ਉਹ ਇਜਾਜ਼ਤ ਅੱਗੇ ਕਿਉਂ ਨਾ ਚੱਲ ਸਕੀ ਫਿਰ ਉਹ ਰੁਕ ਕੇ ਵੀ ਆ ਕੰਮ ਫਿਰ ਇਹ ਤੇ ਫਿਰ ਆ ਰਹੀ ਤੇ ਇਜਾਜ਼ਤ ਮਿਲ ਜਾਣੀ ਚਾਹੀਦੀ ਸੀ ਕੀ ਵਜ੍ਹਾ ਬਣੀ ਫਿਰ ਉਹ ਜਨਾਬ ਵਜ੍ਹਾ ਇਸ ਤਰ੍ਹਾਂ ਬਣੀ ਹੈ ਕਿ ਪਹਿਲੇ ਜਿਸ ਟਾਈਮ ਉਹ ਮੌਲਵੀ ਸਾਹਿਬ ਤਕਰੀਰ ਸ਼ੁਰੂ ਕੀਤੀ ਉਹ ਜਿਸ ਵੇਲੇ ਉਹ ਬੈਠੇ ਜਨਾਬ ਤੋਂ ਕੁਰਸੀ ਤੇ ਨਾਲ ਉਹਨਾਂ ਦੇ ਸਾਹਮਣੇ ਉਹਨਾਂ ਮੇਜ਼ ਸ਼ੇਜ਼ ਰੱਖਿਆ ਉਹ ਛੋਟਾ ਜਿਹਾ ਉੱਥੋਂ ਕਿਸੇ ਆੜੀਏ ਗਵਾੜੀਏ ਕੋਲ ਬੰਨ ਕੇ ਨਾ ਤਕਰੀਰ ਕਰਨ ਵਾਸਤੇ ਤਕਰੀਰ ਕਰਨ ਵਾਸਤੇ ਮੇਜ਼ ਤੇ ਉਹ ਉਸੇ ਉਹਨਾਂ ਨੂੰ ਲਾ ਦਿੱਤਾ ਤੇ ਨਾਲ ਇੱਕ ਦੋ ਨਾ ਉਹ ਰੱਖ ਲਈਆਂ ਚੀਜ਼ਾਂ ਉਹ ਮੌਲਵੀ ਸਾਹਿਬ ਜਿਹੜੇ ਸਨ ਉਹ ਸਨ ਆਪਣਾ ਮਰਾਕਸ਼ ਦੇ ਅੱਛਾ
ਉਹਨਾਂ ਜਿਸ ਟਾਈਮ ਤਕਰੀਰ ਕੀਤੀ ਤੇ ਸਾਨੂੰ ਸੱਚੀ ਗੱਲ ਹੈ ਵੀ ਸਮਝ ਹੀ ਕੋਈ ਨਾ ਆਈ ਉਸ ਜ਼ਬਾਨ ਵਿੱਚ ਉਹ ਬੋਲਦੇ ਸਨ ਤੇ ਲਿਹਾਜ਼ਾ ਫਿਰ ਉਹਨਾਂ ਜਿਸ ਵੇਲੇ ਖਤਮ ਕੀਤੀ ਤੇ ਉਸ ਟਾਈਮ ਇੱਕ ਪੁਰਾਣ ਪਿੰਡ ਦੇ ਕਾਰੀ ਅਬਦੁਲ ਅਜ਼ੀਜ਼ ਅੱਛਾ ਜੀ ਹਾਂ ਕਾਰੀ ਅਬਦੁਲ ਅਜ਼ੀਜ਼ ਜਿਹੜੇ ਸਨ 68-69 ਦੇ ਵਿੱਚ ਪਾਕਿਸਤਾਨ ਰੇਡੀਓ ਤੇ ਜਿਹੜੀ ਸੁਬਾ ਸੁਬਾ ਤਲਾਵਤ 7 ਵਜੇ ਜਿਹੜੀ ਲੱਗਦੀ ਸੀ ਉਹ ਕਾਰੀ ਅਬਦੁਲ ਅਜ਼ੀਜ਼ ਪੁਰਾਣ ਵਾਲਿਆਂ ਦੀ ਲੱਗਦੀ ਹੈ ਮਾਸ਼ਾਅੱਲਾ ਉਹ ਕਦੇ 72-73 ਵਿੱਚ ਨਾ ਉਹ ਇੱਧਰ ਆ ਗਏ ਸਪੈਨ ਆ ਫਿਰ ਸਾਡੇ ਇੱਕ ਦੋ ਵਾਕਿਆ ਹੋਏ ਜਨਾਜ਼ੇ ਵੀ ਉਹਨਾਂ ਪੜਾਏ ਜਾਂ ਜਿਹੜਾ ਅਸੀਂ ਕੋਈ ਨਮਾਜ਼ ਸ਼ਮਾਜ਼ ਪੜ੍ਹਦੇ ਸਾਂ ਤੇ ਉਹ ਮੌਲਵੀ ਸਾਹਿਬ ਜਿਹੜੇ ਕਾਰੀ ਅਬਦੁਲ ਅਜ਼ੀਜ਼ ਸਮਝਿਆ ਉਹ ਬੜੇ ਤਾਲੀਮ ਤੋਂ ਬੜਾ ਉਹਨਾਂ ਨਾਲ ਜਿਹੜਾ ਉਹ ਆਵਾਜ਼ ਵੱਡੀ ਸੀ ਮਾਸ਼ਾਅੱਲਾ ਵੱਡੀ ਆਵਾਜ਼ ਮੈਂ ਛੋਟੇ ਜਿਹੇ ਕੱਦ ਦੇ ਤੇ ਬੜੇ ਪਤਲੇ ਜਿਹੇ ਉਹ ਬੰਦੇ ਸਨ ਬੜੀ ਉਹਨਾਂ ਦੀ ਮੈਨੂੰ ਬੜੀ ਬਹੁਤ ਪਸੰਦ ਆਉਂਦੇ ਸਨ ਆਵਾਜ਼ ਉਹਨਾਂ ਦੀ ਬਹੁਤ ਜਿਹੜੀ ਹੈ ਨਾ ਉਹ ਅੱਛੀ ਸੀ ਉਹ ਜਨਾਬ ਨਾ ਕਾਰੀ ਸਾਹਿਬ ਆਖਿਆ ਵੇ ਹੁਣ ਇਸ ਤਰ੍ਹਾਂ ਕਿ ਤੁਹਾਨੂੰ ਸਮਝ ਤੇ ਕੋਈ ਨਹੀਂ ਆਈ ਤੇ ਹੁਣ ਮੈਂ ਤੁਹਾਨੂੰ ਸਮਝਾ ਕੇ ਜਿਹੜਾ ਨਾ ਉਹ ਮੈਂ ਯਾਨੀ ਤਕਰੀਰ ਕਰਨਾ ਆ ਉਹ ਕਾਰੀ ਸਾਹਿਬ ਜਨਾਬ ਦੂਏ ਮੌਲਵੀ ਸਾਹਿਬ ਉੱਠ ਕੇ ਉਹ ਆਏ ਉਹ ਕੁਰਸੀ ਤੇ ਬੈਠੇ ਉਹਨਾਂ ਫਿਰ ਸਾਨੂੰ ਸਹੀ ਜਿਹੜਾ ਨਾ ਉਹ ਸਮਝਾ ਕੇ ਤਕਰੀਰ ਆਪਣੀ ਜ਼ਬਾਨ ਵਿੱਚ ਸਾਡੀ ਵਿੱਚ ਸਮਝਾ ਕੇ ਉਹਨਾਂ ਤਕਰੀਰ ਕੀਤੀ ਆਖਰੀ ਟਾਈਮ ਤੇ ਜਾ ਕੇ ਨਾ ਜਿਸ ਟਾਈਮ ਤਕਰੀਰ ਖਤਮ ਹੋਣ ਵਾਲੀ ਸੀ ਅਸਲ ਵਿੱਚ ਸਾਨੂੰ ਇਸ ਚੀਜ਼ ਦਾ ਕੋਈ ਪਤਾ ਨਹੀਂ ਸੀ ਅਗਰ 600 ਬੰਦਾ ਸੀ ਅਸੀਂ ਉੱਥੇ ਤੇ ਹਰ 2 ਬੰਦੇ 3 ਬੰਦੇ ਦੇ ਨਾਲ ਇੱਕ ਬੰਦਾ ਸਕਿਉਰਟੀ ਵਾਲਾ ਸੀ ਸਾਨੂੰ ਇਸ ਚੀਜ਼ ਦਾ ਨਹੀਂ ਸੀ ਪਤਾ ਉਹ ਕਾਰੀ ਸਾਹਿਬ ਜਨਾਬ ਜਿਸ ਵੇਲੇ ਆਖਰੀ ਟਾਈਮ ਤੇ ਗਏ ਤਾਂ ਉਹ ਜਿਹੜਾ ਮੇਜ਼ ਅੱਗੇ ਪਏ ਅਸੀਂ ਨਾ ਉਸ ਮੇਜ਼ ਤੇ ਜਿਸ ਟਾਈਮ ਉਹਨਾਂ ਉਹ ਮੁੱਕੇ ਮਾਰੇ ਨਾ ਇਹ ਸਾਡੀ ਏ ਇਹ ਸਾਡੀ ਏ ਇਹ ਅੱਜ ਵੀ ਸਾਡੀ ਏ ਇਹ ਕੱਲ ਵੀ ਸਾਡੀ ਏ ਇਹ ਸਾਡੀ ਏ ਇਹ ਮਸਜਿਦ ਕੁਰਤਬਾ ਦਾ ਕਹਿ ਰਹੇ ਸੀ ਜੀ ਮਸਜਿਦ ਕੁਰਤਬਾ ਦੇ ਵਿੱਚ ਇਹ ਸਾਰਾ ਕੁਝ ਹੋਇਆ ਬਹਰਾਲ ਜੀ ਜਿਹੜੇ ਖਤਮ ਹੋਈ ਅਸਾਂ ਈਦ ਪੜ੍ਹੀ ਈਦ ਪੜ੍ਹ ਕੇ ਅਸੀਂ ਬਾਹਰ ਨਿਕਲੇ ਫਿਰ ਉੱਥੇ ਕੋਈ 1-2 ਬੰਦੇ ਹੈ ਸਨ ਜਿਨ੍ਹਾਂ ਕੋਈ ਕੁਰਬਾਨੀਆਂ ਵੀ ਕੀਤੀਆਂ ਉੱਥੇ ਮਾਸ਼ਾਅੱਲਾ ਉਹ ਗੋਰੇ ਸ਼ੋਰੇ ਤੱਕਣ ਬਰੇ ਫੋਟੂ ਲੈ ਫੋਟੂਆਂ ਦਾ ਦੌਰ ਸੀ ਇਹ ਫਿਲਮ ਸ਼ਰਮਾ ਵਾਲਾ ਤਾਂ ਹੈ ਕੋਈ ਨਹੀਂ ਸੀ ਫੋਟੂ ਛੋਟੂ ਛਿੱਕਣ ਬਈ ਕੀ ਕਰਦੇ ਪਏ ਹੋ ਕਿਸ ਤਰ੍ਹਾਂ ਤੁਸੀਂ ਇਹ ਜ਼ਬਾ ਕਰਦੇ ਹੋ ਖੂਨ ਵਗਦਾ ਪਿਆ ਜੇ ਹੁੰਦਾ ਪਿਆ ਵੋ ਹੁੰਦਾ ਬਹਰਹਾਲ ਉਹ ਅਸਾਂ ਕੁਰਬਾਨੀਆਂ ਕੀਤੀਆਂ ਤਾਂ ਅਸੀਂ ਆ ਗਏ ਸਵੇਰੇ ਅਸੀਂ ਜਨਾਬ ਉੱਠੇ ਹਾਂ ਤਾਂ ਉੱਠ ਕੇ ਜਨਾਬ ਵੇਖਿਆ ਤੇ ਜਿਹੜੀ ਸਪੈਨ ਨੀ ਉਂਦਲਸਤੀ ਜਿਹੜੀ ਅਖਬਾਰ ਨਿਕਲਦੀ ਆ ਨਾ ਅੰਦਲੂਸੀਆ ਨੀ ਅਸੀਂ ਸਪੈਨ ਵਿੱਚ ਆਖਦੇ ਅੰਦਲੂਸੀਆ ਅੰਦਲੂਸੀਆ ਨੀ ਜਿਹੜੀ ਅਖਬਾਰ ਨਿਕਲਦੀ ਆ ਅੰਦਲੂਸੀਆ ਸੂਬੇ ਦੀ ਉਹਦੀ ਸੁਰਖੀ ਤੇ ਜਿਹੜਾ ਉਹ ਇਹ ਲੱਗਿਆ ਸੀ ਕਿ ਸਪੈਨ ਗੌਰਮੈਂਟ ਦੀ ਜ਼ਿੰਦਗੀ ਨੀ ਸਭ ਤੋਂ ਵੱਡੀ ਗਲਤੀ ਇਹ ਆ ਜਿਹੜੀ ਅਸਾਂ ਇਹਨਾਂ ਨੂੰ ਇਜਾਜ਼ਤ ਦਿੱਤੀ ਹੈ ਠੀਕ ਲਿਹਾਜ਼ਾ 365 ਸਾਲ ਤੋਂ ਬਾਅਦ ਕਿ 364 ਸਾਲ ਤੋਂ ਬਾਅਦ ਮੁਸਲਮਾਨਾਂ ਨੇ ਈਦ ਦੀ ਨਮਾਜ਼ ਜਿਹੜੀ ਹੈ ਬਾਜਮਾਤ ਉਹ ਮਸਜਿਦ ਕੁਰਤਬਾ ਵਿੱਚ ਪੜ੍ਹੀ ਹੈ ਔਰ ਇਹ ਆਖਰੀ ਨਮਾਜ਼ ਹੈ ਇਸ ਤੋਂ ਬਾਅਦ ਅਸੀਂ ਇਜਾਜ਼ਤ ਨਹੀਂ ਦੇਵਾਂਗੇ ਬੜਾ ਅਸੀਂ ਕੋਸ਼ਿਸ਼ ਕੀਤੀ ਬੜਾ ਅਸੀਂ ਦੌੜੇ ਭੱਜੇ ਉਸ ਤੋਂ ਬਾਅਦ ਉਹਨਾਂ ਕਿਹਾ ਨਹੀਂ ਉਹ ਆਖਰੀ ਸੀ ਜਿਹੜੀ ਅਸਾਂ ਇਜਾਜ਼ਤ ਦੇ ਦਿੱਤੀ ਹੈ ਇਸ ਤੋਂ ਬਾਅਦ ਅਸੀਂ ਨਾ ਦਿੰਦੇ ਨਾਜ਼ਰੀਨ ਇਹ ਬੜਾ ਇੱਕ ਤਾਰੀਖੀ ਵਾਕਿਆ ਸੀ ਜਿਹੜਾ ਵਾ ਮੈਂ ਚਾਹਣਾ ਸਾਂ ਕਿ ਸਾਡੇ ਨਾਜ਼ਰੀਨ ਤੱਕ ਪਹੁੰਚੇ ਤੇ ਰਾਜਾ ਅਰਸ਼ਦ ਗੁਰਾਂ ਨਾਲ ਉਮਰ ਰਾਜਾ ਕੀ ਸਾਡੇ ਪਠਵਾੜ ਟਾਈਮਜ਼ ਸਟੂਡੀਓ ਸੂ ਇਜਾਜ਼ਤ ਦਿਓ ਆਇੰਦਾ ਵੀ ਫਿਰ ਮੁਲਾਕਾਤਾਂ ਹੋਣੀਆਂ ਰਹਿ ਸਨ ਅੱਲਾਹ ਹਾਫਿਜ਼